ਰਹੀਮ ਅਸਲਾਮ ਵਾਲੇਕੁਮ, ਕੈਸੇ ਮੇਰੇ ਭੈਣ ਭਾਈ? ਉਮੀਦ ਕਰਨਾ ਸਭ ਠੀਕ ਠਾਕ ਹੋਣਗੇ, ਖੁਸ਼ਬਾਸ਼ ਹੋਣਗੇ। ਅਸੀਂ ਪਿਆਰੀ ਸੀ ਦੁਆ ਦੇ ਨਾਲ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਕਾਰਜ਼, ਜਿਨ ਭੈਣ ਭਾਈਆਂ ਨੇ ਅਭੀ ਤੱਕ ਮਾਹਾਂ ਵਿਲੇਜ ਵਲੋਗ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣ, ਬੈਲ ਆਈਕਨ ਨੂੰ ਬਟਨ ਜ਼ਰੂਰ ਪ੍ਰੈਸ ਕਰਨ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਬਾਰ ਬਾਰ ਤੱਕ ਭੈਣ ਭਾਈਆਂ ਤੱਕ ਪਹੁੰਚ ਸਕੇ। ਤੋ ਅੱਛਾ ਜੀ, ਅੱਜ ਦੀ ਵੀਡੀਓ ਸਾਡੀ ਇਸ ਤਰ੍ਹਾਂ ਦੀ ਹੈ, ਜੈਸਾ ਕਿ 2-3 ਦਿਨ ਤੋਂ ਮੈਂ ਵੀਡੀਓ ਨਹੀਂ ਪਾ ਸਕਿਆ। ਮੇਰੇ ਭੈਣ ਭਾਈਆਂ ਨੂੰ ਪਤਾ ਵਾ ਕਿ ਜਿਹੜੇ ਸਾਡੇ ਦੇਖਣ ਵਾਲੇ ਵੀਵਰ ਆ, ਕੁਛ ਤਾਂ ਪਰੇਸ਼ਾਨੀ ਅਤੇ ਪਰੇਸ਼ਾਨੀ ਵੱਧਦੀ ਜਾ ਰਹੀ ਸੀ, ਅਤੇ ਕੁਛ ਮੇਰੇ ਕੋਲ ਆਪਣੇ ਕੋਲ ਜ਼ਿਆਦਾ ਪੈਕੇਜ ਕੋਲ ਨਹੀਂ ਸੀਗਾ। ਸੋਚਿਆ ਇਹੀ ਸੀ ਕਿ ਪੈਕੇਜ ਦੇ ਲੋ ਰਹਿ ਜਾਂਗੇ ਅਤੇ ਕੋਈ ਟੈਨਸ਼ਨ ਨਹੀਂ, ਲੇਕਿਨ ਜਿਹੜੀਆਂ ਪਰੇਸ਼ਾਨੀਆਂ ਨਿੱਕੀ ਨਿੱਕੀ ਭੈਣ ਭਾਈਆਂ ਨੂੰ ਪਤਾ ਕਿ ਵੀਡੀਓ ਅਪਲੋਡ ਕਰਦੇ ਰਹੇ ਹਾਂ, ਅਤੇ ਉਹਦੀ ਸਾਨੂੰ ਇੱਕ ਇੱਕ ਰੁਪਈਏ ਦੀ ਜ਼ਰੂਰਤ ਸੀ। ਇੱਕ ਇੱਕ ਰੁਪਈਆ ਬਚਾ ਕੇ ਅਸੀਂ ਕਹਿੰਦੇ ਵੀ ਸਾਡਾ ਕੰਮ ਹੋ ਜਾਵੇ, ਅਤੇ ਪੈਕੇਜ ਬਾਅਦ ਲੱਗ ਜਾਓ, ਵੀਡੀਓ ਵੀ ਬਾਅਦ 'ਚ ਪਾਉਂਦਾ ਰਹਾਂਗਾ, ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰ ਦਿਆਂਗੇ। ਅਤੇ ਸਾਡੀ ਇੱਕ ਬਹੁਤ ਪਿਆਰੀ ਧੀਰਾਨੀ ਆ, ਉਹਨਾਂ ਦੀ ਤਰਫੋਂ ਸਪੋਰਟ ਵੀ ਆਈ ਹੈ ਭਾਈ ਨੂੰ, ਉਹ ਵੀ ਦੱਸਦੇ ਹਾਂ। ਅਤੇ ਬਾਕੀ ਪਰੇਸ਼ਾਨੀ ਜਿਹੜੀ ਆ ਉਹ ਵੀ ਭੈਣ ਭਾਈ ਨਾਲ ਸ਼ੇਅਰ ਕਰਦੇ ਵੀ ਸਾਨੂੰ ਹੋਰ ਪਰੇਸ਼ਾਨੀ ਕਿਹੜੀ ਵੱਧ ਗਈ ਆ, ਪਰੇਸ਼ਾਨੀ 'ਤੇ ਪਰੇਸ਼ਾਨੀ। ਅਤੇ ਅਸੀਂ ਅੱਜ ਫੈਲ ਪਹੁੰਚ ਚੁੱਕੇ ਫੈਸਲਾਬਾਦ ਲਾਈਟ ਹੋਸਪਿਟਲ ਹੈ, ਭਾਈ ਹੁਣੀ ਖੜੇ ਨੇ। ਭਾਈ ਜੀ ਸਲਾਮ ਕਰ ਲਓ ਜੀ। ਸਲਾਮ ਜੀ, ਵਾਹਿਗੁਰੂ ਸਲਾਮ ਜੀ। ਅਸੀਂ ਗਏ ਹੋਏ ਸੀ, ਜੈਸਾ ਕਿ ਭੈਣ ਭਾਈ ਨੂੰ ਪਹਿਲੇ ਪਤਾ ਕਿ ਅਸੀਂ ਗਿਆ ਸੀ ਆਪਣੇ ਸ਼ੋਰਕੋਟ, ਹਨੇਰਾ ਵੀ ਇੱਥੇ ਕਾਫੀ ਦੇਰੀ ਕਿ ਅਸੀਂ ਹਨੇਰੇ ਦੇ ਵਿੱਚ ਖਲੋ ਕੇ ਬਣਾ ਰਹੇ ਹਾਂ ਵੀਡੀਓ, ਅਤੇ ਭਾਈ ਕੋਲੋਂ ਸਾਰੀ ਇੱਥੋਂ ਦੀ ਡਿਟੇਲ ਪੁੱਛਦੇ, ਨਾਲੇ ਜਿਹੜੀ ਪਰੇਸ਼ਾਨੀ ਬੜੀ ਆ ਉਹ ਵੀ ਭਾਈ ਆਪਣੀ ਜ਼ੁਬਾਨੀ ਖੁਦ ਦੱਸੇ। ਅੱਛਾ ਜੀ, ਇਹ ਦੋਸਤ ਅੱਗੇ ਟੈਸਟ ਜਿਹੜੇ ਅਸੀਂ ਦਿੱਤੇ ਸੀਗੇ ਕਲੀਅਰ ਹੋ ਗਏ ਸੀਗੇ, ਉਹ ਤੁਹਾਨੂੰ ਮਿਲਣਗੇ ਤਕਰੀਬਨ। ਅਗਲੇ ਟੈਸਟ ਕਿੰਨੇ ਵਜੇ ਮਿਲਣੇ ਆਪਾਂ ਨੂੰ, ਜਿਹੜੇ ਅੱਗੇ ਕਰਦੇ ਤੇ ਕਰਾਉਣੇ 18 ਦਿਨ ਬਾਅਦ? ਅੱਗੋਂ ਟੈਸਟ ਦੁਬਾਰਾ, ਜਿਹੜੇ ਪਹਿਲਾ ਆਪਰੇਸ਼ਨ ਸੀ ਉਹ ਅਸੀਂ ਦੇ ਚੁੱਕੇ ਹਾਂ, ਦੁਬਾਰਾ ਉਹਨਾਂ ਨੇ ਇੱਕ ਆਪਰੇਸ਼ਨ ਜਿਹੜਾ ਸੀ ਅੱਜ ਫਿਰ ਹੋ ਚੁੱਕਿਆ ਜੀ। ਉਹਦੀ ਡਿਟੇਲ ਜਿਹੜੀ ਅਸੀਂ ਬਾਹਰ ਨਿਕਲਾਂਗੇ ਅਤੇ ਬਾਹਰ ਨਿਕਲ ਕੇ ਬਹਿ ਕੇ ਆਪਣੇ ਭੈਣ ਭਾਈ ਨਾਲ ਸ਼ੇਅਰ ਕਰਾਂਗੇ ਵੀ ਇਹ ਜਿਹੜਾ ਆਪਰੇਸ਼ਨ ਦੁਬਾਰਾ ਕੀਤਾ ਗਿਆ ਵਾ ਅਤੇ ਕਿਸ ਚੀਜ਼ ਵਾਸਤੇ ਕਾਹਦਾ ਕੀਤਾ ਵਾ। ਭਾਈ ਵੀ ਬੜੇ ਪਰੇਸ਼ਾਨ ਸੀ ਅਤੇ ਜਿੱਥੋਂ ਅਸੀਂ ਆਏ ਹਾਂ ਉਹਦੀ ਡਿਟੇਲ ਵੀ ਦੱਸਾਂਗੇ, ਅਸੀਂ ਲੇਟ ਕਿਉਂ ਹੋਏ, ਕਿਸ ਵਜ੍ਹਾ ਤੋਂ। ਉੱਥੇ ਵੀ ਇੱਕ ਬਹੁਤ ਬੜੀ ਪਰੇਸ਼ਾਨੀ ਬਣ ਗਈ ਸੀ ਜਿਹਦੀ ਵਜ੍ਹਾ ਅਸੀਂ ਲੇਟ ਹੋਏ ਅਤੇ ਹੋਸਪਿਟਲ ਪਹੁੰਚ ਗਏ। ਆਪਰੇਸ਼ਨ ਵੀ ਹੋ ਗਿਆ, ਪਹਿਲਾ ਆਪਰੇਸ਼ਨ ਵੀ ਅੱਲਾ ਖੈਰ ਕਰੇ ਕਾਮਯਾਬ ਆ, ਦੂਸਰਾ ਕੀਤਾ ਵਾ, ਇਹਨਾਂ ਦੇ ਟੈਸਟ ਆ, ਹੁਣ ਟੈਸਟ ਜਾ ਕੇ ਦੇ ਕੇ ਆਉਂਦੇ ਹਾਂ ਜੀ। ਸਿਰਿੰਜ ਦੇ ਵਿੱਚ ਜਿਹੜੀ ਉਹਨਾਂ ਨੇ ਆਪਣੀ ਮਾਦਾ ਜਿਹੜਾ ਸੀ ਉਹ ਜਾਂ ਕੋਈ ਚੀਜ਼ ਆਉਂਦੀ ਇਹਦੇ ਟੈਸਟ ਕਰਾਉਣੇ ਆ, ਅਤੇ ਚੱਲਦੇ ਹਾਂ ਜਾ ਕੇ ਦੇ ਕੇ ਆਉਂਦੇ ਹਾਂ, ਅੱਲਾ ਖੈਰ ਕਰੇਗਾ ਜੀ। ਜੀ ਅਸੀਂ ਅੱਜ ਭਾਈ ਕੋਲ ਪਹੁੰਚ ਚੁੱਕੇ ਹਾਂ ਅਤੇ ਜਿਹੜੀ ਪਰੇਸ਼ਾਨੀ ਸੀ ਉਹ ਭਾਈ ਵੀ ਤੁਹਾਨੂੰ ਦੱਸਦਾ ਵਾ ਅਤੇ ਅਸੀਂ ਵੀ ਦੱਸਾਂਗੇ। ਹਾਂਜੀ ਭਾਈ, ਅਸੀਂ ਜਦੋਂ ਇਸ ਗਏ ਹਾਂ ਤੁਹਾਡੇ ਕੋਲੋਂ ਅਤੇ ਹਾਂਜੀ ਵਾਹ ਸਲਾਮ, ਅਤੇ ਸਾਨੂੰ ਪਰੇਸ਼ਾਨੀ ਜਿਹੜੀ ਬਣੀ ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿ ਕੀ ਮਸਲਾ ਬਣ ਗਿਆ ਸਾਨੂੰ ਵਾਪਸੀ, ਅਸੀਂ ਲੇਟ ਕਿਉਂ ਹੋ ਗਏ 2 ਦਿਨ? ਪਰੇਸ਼ਾਨੀ ਇਸ ਤਰ੍ਹਾਂ ਸੀ ਕਿ ਉੱਧਰ ਬੇਟਾ ਸੀਗਾ, ਬੇਟੇ ਦਾ ਕੰਮ ਸਾਡਾ ਪੁੱਤਰਾ ਹੀ ਲੱਗਦਾ ਸੀ, ਉਹ ਵੀ ਬਹੁਤ ਹੋ ਗਿਆ,
ਉਹ ਵੀ ਮਜ਼ਬੂਰੀ ਬਣ ਗਈ ਸੀ, ਉੱਧਰ ਇੱਧਰ ਵੀ ਮਜ਼ਬੂਰੀ ਸੀ। ਹਾਂਜੀ, ਅਤੇ ਇਸ ਲਈ ਥੋੜ੍ਹਾ ਲੇਟ ਹੋ ਗਏ ਕਿਉਂਕਿ ਇੱਧਰਲਾ ਵੀ ਛੱਡ ਕੇ ਨਹੀਂ ਜਾ ਸਕਦਾ, ਇਸ ਲਈ ਮੈਂ ਤੁਹਾਨੂੰ ਭੇਜਤਾ ਵੱਡੇ ਭਾਈ ਨਾਲ ਭੇਜਤਾ ਜਾਵਾਂ ਕਿ ਤੁਸੀਂ ਉੱਧਰਲਾ ਕੰਮ ਪਤਾ ਆ ਗਿਆ, ਉਹ ਵੀ ਜ਼ਰੂਰੀ ਆ। ਹਾਂਜੀ, ਇਹ ਵੀ ਜ਼ਰੂਰੀ ਆ ਅਤੇ ਉਹਦਾ ਵੀ ਹੋਇਆ, ਲੇਕਿਨ ਉਹ ਬੇਟਾ ਸਾਡਾ ਪਾਗਲ ਦਿੰਦਾ ਸੀਗਾ, ਬੇਟੇ ਸਾਡੇ ਨੂੰ ਉਹ ਪਹਿਲੀ ਲੈਵਲ ਪਹਿਲਾ ਬੇਟਾ ਸੀਗਾ। ਹਾਂਜੀ, ਅਤੇ ਉਹ ਵੀ ਅੱਲਾਹ ਤਾਲਾ ਨੇ ਲੈ ਲਿਆ ਵਾਪਸ, ਉਹਦੀ ਉਹਦਾ ਦਾਣਾ ਪਾਣੀ ਇੰਨਾ ਸੀ, ਉਹਦਾ ਟਾਈਮ ਹੀ ਇੰਨਾ ਸੀਗਾ। ਮਿਲੇ ਫਿਰ ਅਸੀਂ ਬਲੱਡ ਵੀ ਜਿਹੜਾ ਨਾ ਉਹ ਅਸੀਂ ਖਰੀਦ ਕੇ ਕਿਸੇ ਬੰਦੇ ਨੂੰ ਬੁਲਾਇਆ, ਆਉਣ ਜਾਣ ਦਾ ਕਰਾਇਆ ਦਿੱਤਾ, ਮਜ਼ਬੂਰ ਸੀ, ਗਰੀਬ ਆਦਮੀ ਸੀ। ਹਾਂਜੀ, ਫਿਰ ਸਮਝ ਸਾਨੀ ਅਸੀਂ ਬਲੱਡ ਕਢਾਇਆ, ਬਹੁਤ ਜ਼ਿਆਦਾ ਸੰਗੀਨ ਸੀਗਾ ਕਿਉਂਕਿ ਇੱਥੇ ਰਿਪੋਰਟ ਜਿੱਦਾਂ ਦੀ ਆਉਣੀ ਤਾਂ ਤੁਹਾਨੂੰ ਪਤਾ ਹੀ ਹੈ, ਲੇਕਿਨ ਬਾਹਰ ਦੀ ਰਿਪੋਰਟ ਜਿਹੜੀ ਆਈ ਅਸੀਂ ਰਿਪੋਰਟ ਦੇ ਹਿਸਾਬ ਨਾਲ ਚੱਲਣਾ, ਮਸਲਾ ਕੀ ਆ ਹਾਂਜੀ। ਜੈਸਾ ਕਿ ਭਾਈ ਨੇ ਜੀ ਵਾਅਦਾ ਕੀਤਾ ਕਿ ਅਸੀਂ ਪਰੇਸ਼ਾਨੀ ਅੱਜ ਤੋਂ ਤਕਰੀਬਨ 7 ਤੋਂ 8-9 ਮਹੀਨੇ ਪਹਿਲੇ ਜਿਹੜੀ ਇੱਕ ਸ਼ਾਦੀ ਹੋਈ ਸੀ ਸਾਡੇ ਭਤੀਜੇ ਦੀ, ਅੱਲਾਹ ਪਾਕ ਨੇ ਦੀ ਸੁਣੀ, ਉਹਦੇ ਘਰ ਫਿਰ ਜੀ ਬੇਟਾ ਰਿਹਾ ਜੀ 6 ਤੋਂ 7 ਦਿਨ। ਉਸ ਤੋਂ ਬਾਅਦ ਉਹਦੀ ਹੋ ਗਈ ਡੈਥ। ਅਸੀਂ ਗਏ ਹੋਏ ਸੀ ਜੀ ਆਪਣੀ ਭਰਜਾਈ ਨੂੰ ਛੱਡਣ, ਭੈਣਾਂ ਨੂੰ ਛੱਡਣ ਵਾਸਤੇ ਘਰ, ਕਿਉਂਕਿ ਮੀਆਂ ਉਹਨਾਂ ਦੇ ਵੀ ਬਿਮਾਰ ਸੀ, ਉਹ ਵੀ ਪਰੇਸ਼ਾਨੀ ਬਣੀ। ਭਾਈ ਹੁਣਾਂ ਕੋਲ ਜਾਸ ਲੈ ਕੇ ਗਏ ਵੀ ਸੁਬਾਹ ਆ ਜਾਵਾਂਗੇ, ਜਿਸ ਟਾਈਮ ਅਸੀਂ ਸੁਬਾਹ ਆਉਣਾ ਸੀ ਫਿਰ ਉਹ ਰਾਤ ਦੀ ਤਕਰੀਬਨ 12 ਵਜੇ ਉਹਨਾਂ ਦਾ ਮਸਲਾ ਬਣ ਗਿਆ। ਅਤੇ ਭਾਈ ਹੁਣਾਂ ਨਾਲ ਰਾਬਤਾ ਕੀਤਾ, ਭਾਈ ਹੁਣਾਂ ਨੇ ਕਿਹਾ ਭਾਅ ਜੀ ਤੁਸੀਂ ਉਹ ਵੀ ਭੁਗਤਾ ਕੇ ਆਓ, ਅਸੀਂ ਇੱਥੇ ਹੈਗੇ ਹਾਂ, ਅੱਲਾ ਵਾਰਸ ਆ, ਕੋਈ ਨਹੀਂ, ਉਹ ਵੀ ਜ਼ਰੂਰੀ ਆ। ਅਤੇ ਹਾਂਜੀ, ਬਿਲਕੁਲ ਬਿਲਕੁਲ, ਜਿਹੜਾ ਉੱਥੋਂ ਦਾ ਨਿਜ਼ਾਮ ਆ ਉਹ ਵੀ ਅਸੀਂ ਨਾਲ ਲਾਉਂਦੇ ਹਾਂ, ਠੀਕ ਆ ਜੀ। ਅਤੇ ਜੈਸਾ ਕਿ ਮੇਰੇ ਭੈਣ ਭਾਈਆਂ ਨੇ ਉਹ ਵੀ ਦੇਖਣਗੇ ਕਿ ਜੈਸੇ ਉੱਥੇ ਸੀ ਜੋ ਜੋ ਸਿਸਟਮ ਸੀ ਉਹ ਵੀ ਲਾਇਆ ਵਾ, ਲਾਵਾਂਗੇ ਨਾਲ, ਉਹ ਵੀ ਭੈਣ ਭਾਈ ਵੇਖਣਗੇ, ਠੀਕ ਆ ਜੀ। ਉਸ ਤੋਂ ਬਾਅਦ ਅਸੀਂ ਜੂਹੀਆਂ ਤੋਂ ਫਾਰਗ ਹੋਏ ਅਤੇ ਇੱਥੇ ਆਏ, ਰਾਤੀ ਉਹਨਾਂ ਨੇ ਫਿਰ ਆਪਰੇਸ਼ਨ ਦੱਸਤਾ। ਪਹਿਲੇ ਜਿਹੜਾ ਹੋਇਆ ਸੀ ਉਹ ਵੀ ਭੈਣ ਭਾਈਆਂ ਦੇ ਤਾਮ ਦੇ ਨਾਲ ਅਸੀਂ ਤੱਕ ਪਹੁੰਚੇ, ਲੇਕਿਨ ਹੋ ਬੱਸ ਗਈ ਸੀ। ਅਤੇ ਫਿਰ ਅਸੀਂ ਇੱਕ ਵੀਡੀਓ, ਹਰ ਸ਼ੈ ਮੁੱਲਦੀ ਆ ਜੀ, ਖਾਣਾ ਪੀਣਾ ਬਹਿਣਾ ਖਲੋਣਾ ਹਰ ਸ਼ੈ ਮੁੱਲਦਾ ਜੀ। ਪਿੱਛੇ ਵੀ ਪਰੇਸ਼ਾਨ, ਪਿਛਲੇ ਜਿਹੜੇ ਨਿੱਕੇ ਨਿੱਕੇ ਛੱਡ ਕੇ ਆਏ ਆ ਉਹ ਵੀ ਅੱਲਾ ਦੀ ਆਸ 'ਤੇ, ਅਤੇ ਇਹ ਵੀ ਅੱਲਾ ਦੀ ਸਪੁੱਤ ਕਰਕੇ ਇੱਥੇ ਬੈਠੇ ਹਾਂ, ਅੱਲਾ ਦੀ ਆਸ ਲੈ ਦੋ ਭੈਣ ਭਾਈ ਦੁਆਵਾਂ ਦੇ ਨਾਲ ਅਤੇ ਤਾਮ ਦੇ ਨਾਲ ਅਸੀਂ ਬੈਠੇ ਸੀਗੇ। ਅਤੇ ਪਹਿਲੇ ਆਪਰੇਸ਼ਨ ਦੇ ਵਿੱਚ ਵੀ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਸ਼ੁਕਰੀਆ, ਭਾਅ ਜੀ ਬੁਸ਼ਰਾ, ਆਸੀਆ ਅਲੀ ਔਰ ਯੂਕੇ ਵਾਲੇ ਸਾਜਿਦ ਭਾਈ, ਮੇਰੀ ਥਰੂ ਵੀ ਹੋਇਆ ਔਰ ਭਾਈ ਹੁਣਾਂ ਨੂੰ ਡਾਇਰੈਕਟ ਵੀ ਮਿਲੇ ਨੇ ਪੈਸੇ, ਮਿਲੇ ਨਾ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਉਹ ਜਿਹੜੇ ਪਹਿਲੇ ਆਪਰੇਸ਼ਨ 'ਚ ਪੈਸੇ ਲੱਗੇ ਉੱਧਰ ਵੀ ਸਾਡੀ ਸਪੋਰਟ ਹੋਈ ਸੀ, ਬਹੁਤ ਸਾਰੀ ਸਪੋਰਟ ਹੋਈ, ਉਹ ਆਸ ਵੀ ਥਰੂ ਹੋਈ ਆ। ਹਾਂਜੀ, ਆਸ ਭਾਈ ਨੂੰ ਬਹੁਤ ਬਹੁਤ ਸੇਧ ਦੇਵੇ ਅੱਲਾ ਪਾਕ, ਭਾਈ ਸਾਜਿਦ ਦੇ ਦੇ, ਉਹ ਜਿਹੜੀ ਆ ਸਾਡੀ ਬੇਟੀ ਆ। ਹਾਂਜੀ, ਮੇਰੇ ਵਾਸਤੇ ਉਹ ਮਤਲਬ ਭੇਜੀ ਆ। ਹਾਂਜੀ, ਆ ਕੈਨੇਡਾ 'ਚ ਉਹ ਭਾਈ ਹੋਣਾ ਵਾਸਤੇ 25,000 ਰੁਪਈਆ ਜੀ। ਹਾਂਜੀ, 25,000 ਰੁਪਈਆ, ਚਲੋ ਇਹਨੇ ਨਾਲ ਮੇਰਾ ਥੋੜ੍ਹਾ ਜਿਹਾ ਆਸਰਾ ਹੋ ਗਿਆ, ਲੇਕਿਨ ਮੈਂ ਕੱਲ੍ਹ ਬਹੁਤ ਪਰੇਸ਼ਾਨ ਸੀ ਕਿਉਂਕਿ 10,000 ਰੁਪਏ ਦਾ 12-12 ਹਜ਼ਾਰ ਦਾ ਇਹ ਭਾਈ ਅਸੀਂ ਵੀਡੀਓ ਤਾਂ ਪਾ ਨਹੀਂ ਸਕੇ ਸੀ, ਪਹਿਲੇ ਜਿਹੜੀਆਂ ਪਾਈਆਂ ਨਾ ਇੱਥੇ ਉਸ ਦਿਨ ਪ੍ਰੋਟੈਸਟ ਕੀਤੇ ਸੀ ਜਦੋਂ ਜਾਣਾ ਸੀ, ਤੈਨੂੰ ਦੱਸਿਆ ਉਸ ਦਿਨ ਦੀ ਵੀਡੀਓ ਬਾਈ, ਮੁੜ ਕੇ ਵੀਡੀਓ ਜਿਹੜੀ ਨਾ ਇੱਕ ਆਪਾਂ ਉਹ ਬਣਾਈ ਸੀ ਛੋਟੀ ਜਿਹੀ ਜਿਹਦੇ ਬ੍ਰੈਡ ਵੀ ਆਇਆ ਟੱਟੀ ਖੁੱਲੀ ਸੀ, ਉਹ ਮੈਂ ਆਪਣੇ ਪਿਆਰੀਆਂ ਫੈਮਿਲੀਆਂ ਕੋਲ ਭੇਜੀਆਂ ਸੀ ਕੋਈ 3-4 ਚੌਂਕ ਕੋਲ, ਅਤੇ ਅਸੀਂ ਕਿਉਂਕਿ ਵਾਜ਼ਿਆ ਕਾਰ 'ਚ ਅਸੀਂ ਲੁੱਕ ਛੁੱਪ ਕੇ ਇਹ ਨਹੀਂ ਕਰਨਾ ਹੈ ਨਾ ਵੀ ਅਸੀਂ ਨਹੀਂ ਕੁਛ ਕੀਤਾ ਜਾਂ ਵੀਡੀਓ ਨਹੀਂ, ਉਹ ਅਸੀਂ ਭੇਜੀ ਸੀ ਤਾਂ ਉਸ ਪਿਆਰੀ ਧੀ ਰਾਣੀ ਦਾ ਬਹੁਤ ਬਹੁਤ ਸ਼ੁਕਰੀਆ ਕੈਨੇਡਾ ਦੇ ਵਿੱਚੋਂ ਇੰਨੇ ਔਖੇ ਟਾਈਮ 'ਤੇ, ਇੰਨੇ ਔਖੀ ਟਾਈਮ 'ਤੇ ਔਰ ਪਰੇਸ਼ਾਨੀ ਦੇ ਵਿੱਚ ਉਸ ਧੀ ਰਾਣੀ ਨੇ ਤਾਵਨ ਕੀਤਾ, ਬਹੁਤ ਬਹੁਤ ਸ਼ੁਕਰੀਆ ਧੀ ਰਾਣੀ ਦਾ, ਜਿਵੇਂ ਅਸੀਂ ਪਰੇਸ਼ਾਨੀ ਦੇ ਵਿੱਚੋਂ ਖੁਸ਼ੀ 'ਚ ਆਏ ਹਾਂ, ਅੱਲਾ ਪਾਕ ਉਹਨੂੰ ਇਸ ਹਮੇਸ਼ਾ ਖੁਸ਼ ਰੱਖੇ ਜੀ। ਹਾਂਜੀ, ਅੱਲਾ ਤਾਲਾ ਨੂੰ ਜੀ ਹੱਜ ਉਮਰਾ ਕਰਨ ਦੀ ਤੌਫੀਕ ਦੇ ਕਰਦੇ ਹੀ ਰਹਿਣ, ਔਰ ਆਪ ਸਰਕਾਰ ਦੇ
ਰੋਜ਼ਾ ਦੇ ਦੀਦਾਰ ਹੀ ਕਰਦੇ ਰਹਿਣ। ਅਤੇ ਬਾਕੀ ਮੈਂ ਲੇਟ ਇੱਕ ਦਿਨ ਹੋਇਆ ਸੀ, ਉਹ ਭਾਈ ਨਾਲ ਫਿਰ ਆਪ ਤਾਂ ਕਰ ਲਿਆ ਸੀਗਾ, ਅਤੇ ਇਹਨਾਂ ਨੇ ਕਿਹਾ ਸੀ ਤੁਸੀਂ ਜਿਹੜਾ ਉਧਰਲਾ ਭਗਤਾ ਹੋ ਕੇ ਸਾਡੇ ਇੱਕ ਉੱਥੇ ਡੈਥ ਹੋ ਗਈ ਸੀ, ਬੱਚਾ ਸੀ ਛੋਟਾ, ਜਿੰਨੀ ਕੁ ਵੱਡੇ ਭਾਈ ਦੀ ਬਹੂ, ਸਾਡੀ ਵੀ ਬਹੂ ਜੀ, ਨੌਂ ਲੱਗਦੀ ਆ, ਬਹੁਤਾ ਸੀ ਸਾਡਾ, ਅਤੇ ਉਹ ਵੀ ਭਗਤਾਉਣਾ ਸੀ। ਫਿਰ ਅੱਜ ਅਸੀਂ ਇਕੱਲੇ ਹੀ ਆਏ ਹਾਂ, ਜਿਹੜੀ ਭੈਣਾਂ ਸੀ ਉਹ ਵੀ ਅਧਿਕਾਰੀ ਆ, ਅਤੇ ਅਸੀਂ ਇੱਥੇ ਫਿਰ ਹੁਣ ਹੋਸਪਿਟਲ ਆਏ ਹਾਂ। ਇਹ ਵੀ ਅਸੀਂ ਇੱਕ ਸਾਈਡ 'ਤੇ ਆਣ ਕੇ ਬਣਾਉਣ ਡਏ ਹਾਂ, ਕਿਉਂਕਿ ਬਣਾਉਣ ਵੀ ਨਹੀਂ ਦਿੰਦੇ ਹੈਗੇ, ਸਖਤੀ ਵੀ ਬੜੀ ਆ। ਹਾਂਜੀ, ਵੀਡੀਓ ਵੀ ਨਹੀਂ ਬਣਾਉਣ ਦਿੰਦੇ, ਔਰ ਵੀਡੀਓ ਮੇਰੀ ਵੀ 3-4 ਦਿਨ ਤੋਂ ਜਿਹੜੀ ਨਹੀਂ ਬਣਾ ਸਕੇ, ਉਹ ਵੀ ਭੈਣ ਭਾਈਆਂ ਨੇ ਵੇਖਦੇ ਹਾਲੇ ਵੀਡੀਓ ਨਹੀਂ ਆਈ। ਉਹ ਸਿਰਫ ਇਸ ਤੋਂ ਨਹੀਂ ਆਈ, ਇੱਕ ਪਰੇਸ਼ਾਨੀ ਸੀ, ਪੈਕੇਜ ਨਹੀਂ ਲੱਗਿਆ, ਰੁਪਈਆ ਬਚਾ ਕੇ ਕੋਸ਼ਿਸ਼ ਕੀਤੀ ਆ ਵੀ ਹੁਣ ਵੀ ਅੱਗੇ ਮੈਂ ਮਹੀਨੇ ਦਾ ਲਵਾਉਣਾ, ਹੁਣ ਮੈਂ ਲਵਾਇਆ 4 ਦਿਨ ਦਾ ਟੋਟਲ, 4 ਦਿਨ ਜਿਹੜੇ ਹੈਗੇ ਕੱਢਦੇ ਫਿਰ ਅੱਲਾ ਵਾਰਸ ਆ। ਅਤੇ ਜਿਨ੍ਹਾਂ ਨੇ ਭੈਣ ਭਾਈ ਨੇ ਤਾਵਨ ਕੀਤਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਅਤੇ ਪਹਿਲਾ ਆਪਰੇਸ਼ਨ ਕਾਮਯਾਬ ਹੋ ਗਿਆ, ਅੱਲਾ ਖੈਰ ਕਰੇ ਦੂਸਰਾ ਆਪਰੇਸ਼ਨ ਫਿਰ ਅੱਜ ਹੋਇਆ ਵਾ, ਉਹਦੇ ਵਾਸਤੇ ਮੇਰੇ ਭੈਣ ਭਾਈ ਨੇ ਦੁਆ ਕਰਨਾ, ਬੱਚੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਬਹੁਤ ਸਿਹਤ ਦਵੇ, ਤਾਂ ਅਸੀਂ ਖੈਰ ਖਰੀ ਇਹਦੇ ਨਾਲ ਘਰ ਪਹੁੰਚੀਏ, ਅਤੇ ਔਰ ਭੈਣ ਭਾਈਆਂ ਦੀ ਥੋੜ੍ਹੀ ਜਿਹੀ ਸਪੋਰਟ ਦੀ ਸਾਨੂੰ ਵੀ ਜ਼ਰੂਰਤ ਹੈ, ਕਿਉਂਕਿ ਜਿਹੜੀ ਬਾਹਰ ਦੀਆਂ ਚੀਜ਼ਾਂ ਕੰਮ ਇੰਨੀਆਂ ਨਾ ਕਿ ਸਾਡੀਆਂ ਉਹ ਲਿਆਉਣਾ ਬੇਬੱਸ ਹੋ ਗਈਆਂ ਵਾ, ਅਤੇ ਜਿੰਨੀ ਬਹੁਤੀ ਹਾਂਜੀ ਹਾਂਜੀ ਬਿਲਕੁਲ ਜੀ, ਉਹ ਤਾਂ ਭੈਣ ਭਾਈ ਇਸ ਚੀਜ਼ ਨੂੰ ਆਪ ਸਮਝਦੇ ਨੇ, ਅਤੇ ਜਿਵੇਂ ਜਿਵੇਂ ਕਿ ਭੈਣ ਭਾਈ ਨੇ ਤਾਮਨ ਕੀਤਾ ਉਹਨਾਂ ਦਾ ਸ਼ੁਕਰੀਆ, ਜਿਹੜੇ ਭੈਣ ਭਾਈ ਹੋਰ ਸਾਨੂੰ ਦੇਖਣ ਵਾਲੇ ਉਹਨਾਂ ਅੱਗੇ ਸਾਡੀ ਰਿਕੁਐਸਟ ਆ, ਪਲੀਜ਼ ਪਲੀਜ਼ ਸਾਨੂੰ ਜ਼ਰੂਰ ਤਾਮਨ ਥੋੜ੍ਹਾ ਜਿਹਾ ਸਾਡੇ ਨਾਲ ਕਰ ਜਾਣ ਕਿ ਅਸੀਂ ਅੱਗੇ ਹੁਣ ਟੈਸਟ ਟੂਸਟ ਕਲੀਅਰ ਕਰਾ ਲਈਏ, ਕਿਉਂਕਿ ਟੈਸਟ ਬਾਹਰ ਦੇ ਆਉਣੇ ਆ ਅਤੇ ਅਸਲ ਬਿਮਾਰੀ ਦਾ ਪਤਾ ਲੱਗਣਾ ਜੀ। ਔਰ ਜਿਹੜੇ ਅਸੀਂ ਇੱਥੋਂ ਆਸੇ ਕਹਿੰਦੇ ਹਾਂ ਕਿ ਸਾਡਾ ਇੱਥੋਂ ਦਾ ਕੰਮ ਕਲੀਅਰ ਹੋ ਜਾਵੇ, ਹਾਲਾਂਕਿ ਪਿੱਛੇ ਪਰੇਸ਼ਾਨ ਘਰ ਦੇ ਵਿੱਚ ਪੂਰੀ ਫੈਮਿਲੀ, ਭਾਈ ਦੇ ਬੱਚੇ ਵੀ, ਮੇਰੇ ਵੀ, ਹਾਂਜੀ ਕਹਿ ਰਹੇ ਆ ਪਾਪਾ ਘਰ ਆਓ, ਨਿਜ਼ਾਮ ਨਹੀਂ ਚੱਲਦਾ ਪਿਛਲਾ, ਹੁਣ ਮੈਂ ਅੱਲਾ ਦੀ ਸਪੁਰਦ ਕਰਕੇ ਆਏ ਹਾਂ, ਅੱਜ ਤਕਰੀਬਨ ਆਪਾਂ 20-25 ਦਿਨ ਹੋ ਗਿਆ ਜੀ ਇੱਥੇ ਆਏ ਨੂੰ, ਠੀਕ ਆ ਨਾ ਜੀ, ਅਤੇ ਘਰ ਲੈ ਕੇ ਕੰਮ ਪੇਸ਼ ਪਹਿਲੇ ਰੋਜ਼ੇ ਦਾ ਸ਼ੁਰੂ ਹੋਇਆ, ਲੈ ਉਹ ਤਾਂ ਚਲੋ ਆਇਆ ਸੀ ਚੱਲ ਗਿਆ, ਨਹੀਂ ਜਿਹੜਾ ਹੁਣ ਮੁਸਲਸਲ ਅਸੀਂ ਘਰ, ਹਾਂ ਮੁਸਲਸਲ ਹੋ ਕੇ ਆਏ ਹਾਂ, ਅਤੇ ਦੁਆ ਕਰਨ ਅੱਲਾ ਪਾਕ ਤੰਦਰੁਸਤੀ ਸਿਹਤ ਦਾ ਖੁਸ਼ੀ ਖੁਸ਼ੀ ਨਾਲ ਅਸੀਂ ਆਪਣੇ ਘਰ ਜਾਈਏ, ਔਰ ਉਮੀਦ ਆ ਗਿਆ ਅਲਹਮਦੁਲਿਲਾ ਮੈਨੂੰ ਅੱਲਾ ਦੀ ਜ਼ਾਤ 'ਤੇ ਬੜਾ ਭਰੋਸਾ, ਅੱਲਾ ਦੀ ਜ਼ਾਤ ਖੈਰ ਕਰੇਗੀ, ਅਤੇ ਬਾਕੀ ਸਾਡੀ ਇਹੀ ਰਿਕੁਐਸਟ ਇੱਕ ਵਾਰੀ ਭੈਣ ਭਾਈ ਅੱਗੇ, ਉਮੀਦ ਆ ਕਿ ਮੇਰੇ ਭੈਣ ਭਾਈ ਵੀਡੀਓ ਦੇਖ ਕੇ ਜ਼ਰੂਰ ਕੋਈ ਨਾ ਕੋਈ ਹੈਲਪ ਜ਼ਰੂਰ ਸਾਡੀ ਕਰਨਗੇ, ਅਸੀਂ ਆਪਣਾ ਵਟਸਐਪ ਦਾ ਨੰਬਰ ਵੀ ਦੇਵਾਂਗੇ, ਵੀਡੀਓ ਤੋਂ ਲਾਵਾਂਗੇ, ਅਤੇ ਇਸ ਬੱਚੇ ਵਾਸਤੇ ਥੋੜ੍ਹੀ ਜਿਹੀ ਸਾਡਾ ਸਪੋਰਟ ਕੀਤੀ ਜਾਵੇ, ਕਿਉਂਕਿ ਅੱਗੋਂ ਮੈਡੀਸਨ ਦਵਾਈ ਦਾਰੂ ਵਗੈਰਾ ਜੋ ਜਿਹੜਾ ਨਾ 7 ਦਿਨ ਬਾਅਦ ਫਿਰ ਵਾਪਸ ਵੀ ਆਉਣਾ, ਫਿਰ ਦੁਬਾਰਾ ਚੈੱਕਅਪ ਵੀ ਕਰਾਉਣਾ, ਫਿਰ ਟੈਸਟ ਜਿੱਦ ਨਾਲ ਲੈ ਕੇ ਆਉਣੇ ਆ, ਹਾਂਜੀ ਕਿਉਂਕਿ ਮਤਲਬ ਕਿਹੜੀ ਮੈਡੀਸਨ ਦਿੰਦੇ ਆ, ਸਫ਼ਰ ਵੀ ਸਾਡਾ ਬਹੁਤ ਜ਼ਿਆਦਾ, ਉੱਥੇ ਵੀ ਅਸੀਂ ਗੱਡੀਆਂ ਬੱਸਾਂ 'ਤੇ ਜਾ ਨਹੀਂ ਸਕਦੇ, ਗੱਡੀ ਕਿੱਥੇ ਜਾਓ, 3 ਆਪਰੇਸ਼ਨ ਹੋਏ ਆ ਜੀ, ਹਾਂਜੀ, ਅਤੇ ਅਸੀਂ ਕਹਿੰਦੇ ਹਾਂ ਕਿ ਬਹੁਤ ਬੜਾ ਸਾਡੇ ਬੱਚੇ ਦਾ ਹੌਸਲਾ, ਔਰ ਹੌਸਲਾ ਕਿੰਨਾ ਗਿਆ ਅੱਲਾ ਪਾਕ ਦੀ ਮਦਦ ਨਾਲ, ਮੇਰੇ ਭੈਣ ਭਾਈਆਂ ਦੁਆਵਾਂ ਨਾਲ ਮੇਰੇ ਸਾਡੇ ਬੱਚੇ ਨੇ ਇੰਨਾ ਹੌਸਲਾ ਕੀਤਾ, ਔਰ ਸਾਡਾ ਹੌਸਲਾ ਟੁੱਟ ਗਿਆ ਵਾ ਸੀਗਾ, ਅਤੇ ਅਸੀਂ ਬੱਚੇ ਦਾ ਬਹੁਤ ਬਹੁਤ ਹੌਸਲਾ ਵੇਖ ਕੇ ਖੁਸ਼ ਹੁੰਦੇ ਹਾਂ, ਅਤੇ ਮੇਰੇ ਭੈਣ ਭਾਈ ਦੁਆਵਾਂ ਦੇ ਨਾਲ ਹੌਸਲਾ ਵਾ, ਭੈਣ ਭਾਈ ਬੇਟਾ ਪਹਿਲੇ ਮੇਰਾ ਕਹਿੰਦਾ ਜੀ ਪਰਸੋਂ ਕਹਿ ਰਹੇ ਬੇਟਾ ਪਾਪਾ ਛੁੱਟੀ ਲੈ ਕੇ ਚੱਲੀਏ, ਕਿਉਂਕਿ ਨਜ਼ਦੀਕ ਨਜ਼ਦੀਕ ਬਹੁਤ ਬਹੁਤ ਐਸੇ ਬਹੁਤ ਮਸਲੇ, ਦਿਲ ਛੱਡ ਗਿਆ ਸੀ, ਦਿਲ ਛੱਡ ਗਿਆ ਸੀ, ਬਹੁਤ ਬਹੁਤ ਸ਼ੁਕਰੀਆ ਜੀ, ਅੱਲਾ